ਰਹੀ ਕੁੜੀ ਦੇ ਨਾਲ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜੀ ਹਾਂ, 4 ਸਾਲ ਬਾਅਦ ਆਪਣੇ ਪਰਿਵਾਰ ਨੂੰ ਮੈਲਬੋਰਨ ਤੋਂ ਮਿਲਣ ਦੇ ਵਾਸਤੇ ਆ ਰਹੀ ਸੀ, ਪਰ ਫਲਾਈਟ ਦੇ ਵਿੱਚ ਹੀ ਉਸਦੀ ਮੌਤ ਹੋ ਜਾਂਦੀ ਹੈ। ਬੜੀ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। 24 ਸਾਲਾ ਭਾਰਤੀ ਮੂਲ ਦੀ ਕੁੜੀ, ਜਿਸ ਦਾ ਨਾਮ ਮਨਪ੍ਰੀਤ ਦੱਸਿਆ ਜਾ ਰਿਹਾ ਹੈ, ਮਨਪ੍ਰੀਤ ਵੱਡੇ ਵੱਡੇ ਖੁਆਬ ਲੈ ਕੇ ਭਾਰਤ ਤੋਂ ਆਸਟ੍ਰੇਲੀਆ ਜਾਂਦੀ ਹੈ, ਮੈਲਬੋਰਨ ਜਾਂਦੀ ਹੈ। ਮਨਪ੍ਰੀਤ ਕੌਰ ਨੇ ਇੱਕ ਵੱਡਾ ਸੁਪਨਾ ਦੇਖਿਆ ਸੀ ਕਿ ਮੈਂ ਵੱਡੀ ਸ਼ੈੱਫ ਬਣਨਾ। ਕੁਕਰੀ ਦੀ ਪੜ੍ਹਾਈ ਕਰਦੀ ਸੀ ਆਸਟ੍ਰੇਲੀਆ ਦੇ ਵਿੱਚ, ਮੈਲਬੋਰਨ ਦੇ ਵਿੱਚ, ਪਰ ਜਦੋਂ 4 ਸਾਲ ਬਾਅਦ ਉਹ ਪੜ੍ਹਾਈ ਖਤਮ ਕਰਕੇ ਤੇ ਵਾਪਸ ਆਪਣੇ ਪਰਿਵਾਰ ਨੂੰ ਮਿਲਣ ਦੇ ਵਾਸਤੇ ਆ ਰਹੀ ਸੀ, 4 ਸਾਲ ਬਾਅਦ ਆਪਣੇ ਪਰਿਵਾਰ ਦੇ ਨਾਲ ਉਹਦਾ ਮੇਲ ਮਿਲਾਪ ਹੋਣਾ ਸੀ, ਪਰ ਫਲਾਈਟ ਚੜ੍ਹਦਿਆਂ ਜਦੋਂ ਮੈਲਬੋਰਨ ਤੋਂ ਉਹ ਦਿੱਲੀ ਦੀ ਫਲਾਈਟ ਦੇ ਵਿੱਚ ਬੈਠਦੀ ਹੈ, ਤਾਂ ਉਦੋਂ ਹੀ ਉਸਦੀ ਤਬੀਅਤ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ, ਸਿਹਤ ਜਿਹੜੀ ਹੈ ਉਹ ਵਿਗੜ ਜਾਂਦੀ ਹੈ। ਤਾਂ ਜਦੋਂ ਉਸਨੂੰ ਜਹਾਜ਼ ਦੇ ਵਿੱਚ ਬੈਠ ਕੇ ਸੀਟ ਬੈਲਟ ਲਗਾਈ ਜਾਂਦੀ ਹੈ, ਤਾਂ ਉਸਨੂੰ ਸੀਟ ਬੈਲਟ ਲਗਾਉਂਦਿਆਂ ਸਮਿਆਂ ਦਿੱਕਤ ਆਉਂਦੀ ਹੈ, ਉਹਦਾ ਸਾਹ ਜਿਹੜਾ ਆ ਉਹ ਔਖਾ ਹੋ ਜਾਂਦਾ ਹੈ, ਸਾਹ ਲੈਣ ਦੇ ਵਿੱਚ ਉਹਨੂੰ ਮੁਸ਼ਕਲ ਆਉਂਦੀ ਹੈ। ਤਾਂ ਉਸੇ ਸਮੇਂ ਜਦੋਂ ਉਸਨੂੰ ਬੈਲਟ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀਟ ਬੈਲਟ ਦੀ, ਕਿਉਂਕਿ ਜਹਾਜ਼ ਦੇ ਵਿੱਚ ਜਦੋਂ ਅਸੀਂ ਬੈਠਦੇ ਹਾਂ ਤਾਂ ਸੀਟ ਬੈਲਟ ਲਗਾਉਣੀ ਲਾਜ਼ਮੀ ਹੁੰਦੀ ਹੈ, ਤਾਂ ਜਦੋਂ ਸੀਟ ਬੈਲਟ ਲਗਾਈ ਜਾ ਰਹੀ ਸੀ ਤਾਂ ਉਸੇ ਸਮੇਂ ਮਨਪ੍ਰੀਤ ਦਾ ਸਾਹ ਜਿਹੜਾ ਆ ਉਹ ਮੁਸ਼ਕਲ ਹੋ ਗਿਆ, ਸਾਹ ਆਉਣਾ ਬੰਦ ਹੋ ਗਿਆ ਮਨਪ੍ਰੀਤ ਨੂੰ। ਤਾਂ ਟੇਕ ਆਫ ਕਰਨ ਤੋਂ ਪਹਿਲਾਂ ਹੀ ਮਨਪ੍ਰੀਤ ਨੇ ਆਪਣੇ ਸਵਾਸ ਜਿਹੜੇ ਹੈ ਉਹ ਤਿਆਗ ਦਿੱਤੇ, ਤਾਂ ਉਸੇ ਸਮੇਂ ਫਲਾਈਟ ਨੂੰ ਡੀਬੋਰਡ ਕਰਕੇ ਅਤੇ ਮਨਪ੍ਰੀਤ ਨੂੰ ਹੌਸਪੀਟਲ ਲਿਜਾਇਆ ਗਿਆ, ਜਿੱਥੇ ਉਸਨੂੰ ਬਰੋਡ ਡੈੱਡ ਜਿਹੜਾ ਐਲਾਨ ਦਿੱਤਾ ਗਿਆ। ਤਾਂ ਆਸਟ੍ਰੇਲੀਆ ਦੇ ਮੈਲਬੋਰਨ ਦੇ ਵਿੱਚ 24 ਸਾਲਾ ਮਨਪ੍ਰੀਤ, ਜਿਹੜੀ ਭਾਰਤੀ ਮੂਲ ਦੀ ਹੈ ਔਰ ਇਹ ਕੁਕਰੀ ਦੀ ਪੜ੍ਹਾਈ ਕਰਨ ਦੇ ਵਾਸਤੇ ਆਸਟ੍ਰੇਲੀਆ ਜਾਂਦੀ ਹੈ, ਮਾਪਿਆਂ ਦੀ ਇਹ ਸੋਹਣੀ ਸੁਨੱਖੀ ਧੀ ਜਿਸਨੇ ਵੱਡੇ ਵੱਡੇ ਸੁਪਨੇ ਦੇਖੇ ਸੀ ਕਿ ਮੈਂ ਵੱਡੀ ਸ਼ੈੱਫ ਬਣਨਾ, ਤਾਂ ਸ਼ੈੱਫ ਦੀ ਪੜ੍ਹਾਈ ਕਰ ਰਹੀ ਸੀ, ਕੁਕਰੀ ਦਾ ਕੋਰਸ ਕਰ ਰਹੀ ਸੀ ਇਹ ਸੋਹਣੀ ਸੁਨੱਖੀ ਮਾਪਿਆਂ ਦੀ ਨੌਜਵਾਨ 24 ਸਾਲਾ ਧੀ। ਪਰ ਜਦੋਂ 4 ਸਾਲ ਬਾਅਦ ਪੜ੍ਹਾਈ ਮੁੱਕੀ ਅਤੇ ਵਾਪਸ ਆਪਣੇ ਘਰ ਆਉਣਾ ਸੀ, ਕਿੰਨੀ ਖੁਸ਼ੀ ਹੁੰਦੀ ਹੈ, ਕਿੰਨੀ ਖੁਸ਼ੀ ਹੋਣੀ ਹੈ ਮਨਪ੍ਰੀਤ ਨੂੰ ਕਿ ਮੈਂ ਵਾਪਸ ਚੱਲੀ ਹੈ, 4 ਸਾਲ ਬਾਅਦ ਆਪਣੇ ਮਾਂ ਪਿਓ ਨੂੰ ਜੱਫੀ ਪਾਉਣੀ ਹੈ, ਘੁੱਟ ਕੇ ਆਪਣੇ ਮਾਂ ਪਿਓ ਦਾ ਦੀਦਾਰ ਕਰਨਾ। ਪਰ ਉਹ ਸਮਾਂ ਨਸੀਬ ਨਹੀਂ ਹੋਇਆ, 4 ਸਾਲ ਆਪਣੇ ਮਾਪਿਆਂ ਤੋਂ ਦੂਰ ਰਹੀ, 4 ਸਾਲ ਮਾਪਿਆਂ ਤੋਂ ਬਿਨਾਂ ਕੱਟੇ। ਕਿੰਨੇ ਸੁਪਨੇ ਹੋਣਗੇ ਮਨਪ੍ਰੀਤ ਦੇ ਕਿ ਮੈਂ ਆਪਣੇ ਮਾਪਿਆਂ ਨੂੰ ਮਿਲ ਕੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ, ਉਹਨਾਂ ਨੂੰ ਆਹ ਸਮਾਨ ਜਿਹੜਾ ਇਹ ਗਿਫਟ ਦੇਣੇ ਨੇ। ਕਿੰਨੀ ਖੁਸ਼ੀ ਹੋਣੀ ਹੈ ਮਨਪ੍ਰੀਤ ਨੂੰ ਜਿਹੜੀ 4 ਸਾਲ ਬਾਅਦ ਵਾਪਸ ਆਪਣੇ ਘਰ ਪਰਤਰੀ ਸੀ, ਮੈਲਬੋਰਨ ਤੋਂ ਦਿੱਲੀ ਦੀ ਫਲੈਟ ਦੇ ਵਿੱਚ ਅਜੇ ਬੈਠੀ ਸੀ ਕਿ ਉਹਦਾ ਸਾਹ ਮੁਸ਼ਕਲ ਹੋਇਆ ਔਰ ਸਾਹ ਲੈਣ ਦੇ ਵਿੱਚ ਦਿੱਕਤ ਆਈ ਮਨਪ੍ਰੀਤ ਨੂੰ। ਤਾਂ ਜਦੋਂ ਸੀਟ ਬੈਲਟ ਲਗਾਈ ਗਈ ਤਾਂ ਮਨਪ੍ਰੀਤ ਦੇ ਸੀਟ ਬੈਲਟ ਨਹੀਂ ਲੱਗੀ, ਉਸਨੇ ਆਪਣੀ ਹੀ ਸੀਟ ਦੇ ਉੱਪਰ ਸਿਰ ਸੁੱਟ ਦਿੱਤਾ ਔਰ ਉਸੇ ਸਮੇਂ ਫਲਾਈਟ ਨੂੰ ਡੀਬੋਰਡ ਕਰਕੇ ਤਾਂ ਮਨਪ੍ਰੀਤ ਨੂੰ ਹੌਸਪੀਟਲ ਲਿਜਾਇਆ ਗਿਆ, ਏਅਰਪੋਰਟ ਅਥਾਰਟੀ ਦੇ ਵੱਲੋਂ ਜਿਹੜਾ ਸਟਾਫ ਸੀ ਕੈਬਿਨ ਕਰਿਊ ਦੇ ਵੱਲੋਂ, ਪਰ ਮਨਪ੍ਰੀਤ ਨੇ ਦਮ ਤੋੜ ਦਿੱਤਾ। ਤਾਂ ਜੇਕਰ ਅਸੀਂ ਮੰਨੀਏ ਜਿਹੜੀ ਸਾਨੂੰ ਜਾਣਕਾਰੀ ਮੁੱਢਲੀ ਜਾਣਕਾਰੀ ਮਿਲ ਪਾ ਰਹੀ ਹੈ ਕਿ ਆਖਿਰਕਾਰ ਮਨਪ੍ਰੀਤ ਦੀ ਇਹ ਜਿਹੜੀ ਹਾਲਤ ਹੋਈ ਹੈ ਜਾਂ ਜਿਹੜੀ ਡੈਥ ਹੋਈ ਹੈ ਉਸਦਾ
ਕਾਰਨ ਕੀ ਹੈ ਤਾਂ ਦੱਸਿਆ ਜਾ ਰਿਹਾ ਕਿ ਤਪੇਦਿਕ ਕਾਰਨ, ਮੌਤ ਦਾ ਤਪੇਦਿਕ ਕਾਰਨ ਮੰਨਿਆ ਗਿਆ, ਜੋ ਕਿ ਇੱਕ ਸੰਕ੍ਰਾਮਿਕ ਬਿਮਾਰੀ ਦੱਸੀ ਗਈ ਹੈ ਜਿਹੜੀ ਮੁੱਖ ਰੂਪ ਤੋਂ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਯਾਨੀ ਕਿ ਲੰਗਸ ਨੂੰ ਜਿਹੜੀ ਪ੍ਰਭਾਵਿਤ ਕਰਦੀ ਹੈ ਸੰਕ੍ਰਮਿਕ ਜਿਹੜੀ ਬਿਮਾਰੀ ਹੈ ਤਪੇਦਿਕ ਦੱਸੀ ਗਈ ਹੈ, ਜਿਸ ਦਾ ਕਾਰਨ ਹੁਣ ਨਿਕਲ ਕੇ ਸਾਹਮਣੇ ਆਇਆ ਕਿ ਮਨਪ੍ਰੀਤ ਨੂੰ ਇਸ ਕਰਕੇ ਆਪਣੀ ਜਾਨ ਜਿਹੜੀ ਉਹ ਗਵਾਉਣੀ ਪਈ। ਪਰ ਬੜੀ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਦਿਲ ਵੀ ਦੁਖਦਾ ਹੈ ਕਿ 4 ਸਾਲ ਜਿਹੜੀ ਧੀ ਆਪਣੇ ਮਾਪਿਆਂ ਤੋਂ, ਆਪਣੇ ਘਰ ਤੋਂ, ਆਪਣੇ ਦੇਸ਼ ਤੋਂ ਦੂਰ ਰਹੀ, ਤਾਂ 4 ਸਾਲ ਬਾਅਦ ਉਹ ਵਾਪਸ ਪਰਤ ਰਹੀ ਹੈ। ਉਹਨੂੰ ਕਿੰਨੀ ਖੁਸ਼ੀ ਹੋਣੀ ਹੈ ਕਿ ਮੈਂ ਆਪਣੇ ਘਰ ਜਾ ਰਹੀ ਹਾਂ, ਮੈਂ ਆਪਣੇ ਮਾਂ ਪਿਓ ਨੂੰ ਮਿਲਣਾ। ਪਰ ਫਲਾਈਟ ਦੇ ਵਿੱਚ ਬਹਿੰਦਿਆਂ ਸਾਰ ਹੀ ਉਸਦੀ ਮੌਤ ਹੋ ਜਾਂਦੀ ਹੈ। ਉਸਨੂੰ ਇੰਡੀਆ ਆਉਣਾ ਵੀ ਨਸੀਬ ਨਹੀਂ ਹੋਇਆ, ਮੈਲਬੋਰਨ ਤੋਂ ਟੇਕ ਆਫ ਕਰਨੀ ਸੀ ਫਲਾਈਟ, ਪਰ ਸੀਟ ਬੈਲਟ ਲਗਾਉਂਦਿਆਂ ਸਾਰ ਹੀ ਮਨਪ੍ਰੀਤ ਨੇ ਸੀਟ 'ਤੇ ਹੀ ਸਿਰ ਸੁੱਟ ਦਿੱਤਾ। 24 ਸਾਲਾ ਇਹ ਲੜਕੀ ਹੈ, ਸੀਟ 'ਤੇ ਬੈਠਿਆਂ ਹੀ ਜਿਸ ਦੀ ਮੌਤ ਹੋ ਜਾਂਦੀ ਹੈ, ਜਿਸ ਨੂੰ ਫਲਾਈਟ ਡੀਬੋਰਡ ਕਰਕੇ ਹੌਸਪੀਟਲ ਲਿਜਾਇਆ ਜਾਂਦਾ ਹੈ, ਪਰ ਉਸਨੂੰ ਬਰੋਡ ਡੈੱਡ ਜਿਹੜਾ ਆ ਡਾਕਟਰਾਂ ਦੇ ਵੱਲੋਂ ਐਲਾਨ ਦਿੱਤਾ ਜਾਂਦਾ ਹੈ। ਤਾਂ